ਤੇ ਸਵਾਗਤ ਹੈ ਵੀਰੋ ਤੁਹਾਡਾ ਨਵੀਂ ਇਸ ਵੀਡੀਓ ਦੇ ਵਿੱਚ। ਤੇ ਇਸ ਵੀਡੀਓ ਦੇ ਜ਼ਰੀਏ ਵੀਰੋ ਤੁਹਾਨੂੰ ਮੈਂ ਲੈ ਕੇ ਚੱਲੂੰਗਾ ਆਮ ਖਾਸ ਬਾਗ। ਆਮ ਖਾਸ ਬਾਗ ਵਿਖੇ ਵੀਰੋ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਇੱਕ ਲਾਈਟ ਐਂਡ ਸਾਊਂਡ ਪ੍ਰੋਗਰਾਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਆਓ ਦਰਸ਼ਨ ਕਰੀਏ ਉਸ ਲਾਈਟ ਐਂਡ ਸਾਊਂਡ ਪ੍ਰੋਗਰਾਮ ਦੇ। ਸੁੱਚਾਨੰਦ, ਅੱਜ ਕੋਈ ਖਾਸ ਮਾਮਲਾ? ਹਜ਼ੂਰ ਦਾ ਇਕਬਾਲ ਬੁਲੰਦ ਹੋ। ਹਜ਼ੂਰ, ਕੈਲੂਰ ਦੇ ਰਾਜਾ ਭੀਮ ਚੰਦ ਦੇ ਫਰਜ਼ੰਦ ਰਾਜਾ ਜਮੇਰ ਚੰਦ ਆਪ ਨੂੰ ਮਿਲਣਾ ਚਾਹੁੰਦੇ ਹਨ। ਅੱਛਾ, ਇਜਾਜ਼ਤ ਹੈ, ਜ਼ਰੂਰ ਕੋਈ ਮਤਲਬ ਹੋਣਾ ਹੈ। ਰੱਬ ਦੀ ਕਿਰਪਾ ਬਣੀ ਰਹੇ ਸੂਬੇਦਾਰ ਸਾਹਿਬ। ਆਓ ਅਜਮੇਰ ਚੰਦ, ਜ਼ਰੂਰ ਕੋਈ ਖਾਸ ਖਬਰ ਲੈ ਕੇ ਆਇਆ ਹੋਵੇਗਾ। ਖਬਰ ਬੜੀ ਮਾੜੀ ਹੈ ਜਨਾਬ। ਐਡੀ ਕਿਹੜੀ ਆਫਤ ਆ ਗਈ ਹੈ ਅਜਮੇਰ ਚੰਦ? ਹਜ਼ੂਰ ਦੇ ਸੂਬੇ ਵਿੱਚ ਇੱਕ ਹੋਰ ਰਿਆਸਤ ਖੜੀ ਹੋ ਰਹੀ ਹੈ। ਕਿਸ ਦੀ ਮਜਾਲ ਹੈ ਜੋ ਮੁਗਲ ਸਲਤਨਤ ਦੇ ਖਿਲਾਫ ਐਸੀ ਹਿਮਾਕਤ ਕਰਨ ਦੀ ਜੁਰਅਤ ਕਰ ਸਕੇ? ਗੋਬਿੰਦ ਸਿੰਘ ਜਨਾਬ, ਗੁਰੂ ਗੋਬਿੰਦ ਸਿੰਘ। ਗੁਰੂ ਦੇ ਸਿੰਘ ਸਿਰਾਂ ਤੇ ਪੱਗ ਬੰਨਣ ਲੱਗ ਪਏ ਨੇ, ਕਿਰਪਾਨ ਪਹਿਨਦੇ ਨੇ, ਕੇਸ ਤੇ ਪੂਰੀ ਦਾੜੀ ਰੱਖਦੇ ਨੇ, ਕੜਾ ਪਾਉਂਦੇ ਨੇ ਤੇ ਕੋੜਿਆਂ ਤੇ ਸਵਾਰੀ ਵੀ ਕਰਦੇ ਨੇ। ਉਸ ਦੀ ਇਹ ਮਜਾਲ ਕਿ ਉਸ ਨੂੰ ਪਤਾ ਨਹੀਂ ਕਿਸੇ ਵੀ ਗੈਰ ਮੁਸਲਮਾਨ ਨੂੰ ਦਾੜੀ, ਘੋੜ ਸਵਾਰੀ ਅਤੇ ਹਥਿਆਰ ਰੱਖਣ ਦੀ ਸਖਤ ਮਨਾਹੀ ਹੈ। ਉਸ ਦੀ ਤਾਂ ਹਿੰਮਤ ਇੰਨੀ ਵੱਧ ਚੁੱਕੀ ਹੈ ਹਜ਼ੂਰ ਕਿ ਸਾਡੇ ਰਾਜ ਵਿੱਚ ਰਹਿ ਕੇ ਸਾਨੂੰ ਹੀ ਟਿੱਚ ਸਮਝਦਾ, ਸ਼ਰੇਆਮ ਬੇਖੌਫ ਨਗਾੜਾ ਵਜਾਉਂਦਾ, ਸ਼ਿਕਾਰ ਖੇਡਣ ਜਾਂਦਾ, ਦਰਬਾਰ ਸਜਾਉਂਦਾ, ਸਿਰ ਤੇ ਦਸਤਾਰ ਪਹਿਨ ਕੇ ਸ਼ਹਿਨਸ਼ਾਹਾਂ ਵਾਂਗ ਕਲਗੀ ਵੀ ਸਜਾਉਂਦਾ ਹੈ। ਉਹ ਤਾਂ ਮੁਗਲੀਆ ਸਲਤਨਤ ਨੂੰ ਵੀ ਟਿੱਚ ਸਮਝਦਾ ਹੈ ਹਜ਼ੂਰ, ਟਿੱਚ। ਤੂੰ ਉਸ ਨੂੰ ਰੋਕਿਆ ਨਹੀਂ? ਮੇਰੇ ਪਿਤਾ ਜੀ ਤੇ ਸਾਰੇ ਪਹਾੜੀ ਰਾਜਿਆਂ ਨੇ ਕੋਸ਼ਿਸ਼ ਕੀਤੀ ਸੀ ਹਜ਼ੂਰ, ਪਰ ਤੂੰ ਕਿੱਥੇ ਸੀ? ਹਜ਼ੂਰ, ਮੇਰਾ ਉਦੋਂ ਨਵਾਂ ਨਵਾਂ ਵਿਆਹ ਹੋਇਆ ਸੀ। ਹਜ਼ੂਰ, ਪਹਾੜੀ ਫੌਜਾਂ ਉਸ ਨੂੰ ਚੰਗਾ ਸਬਕ ਸਿਖਾਉਂਦੀਆਂ, ਪਰ ਐਨ ਮੌਕੇ ਤੇ ਸਡੋਰੇ ਦੇ ਪੀਰ ਬੁੱਤੂ ਸ਼ਾਹ ਨੇ ਉਸਦੀ ਮਦਦ ਕਰਕੇ ਸਾਰੀ ਬਾਜ਼ੀ ਪੁੱਠੀ ਪਾ ਦਿੱਤੀ। ਗੋਬਿੰਦ ਸਿੰਘ ਦੇ ਮਾਮਲੇ ਤੇ ਫੌਰੀ ਗੌਰ ਕਰਨ ਦੀ ਜ਼ਰੂਰਤ ਮਹਿਸੂਸ ਹੋ ਰਹੀ ਹੈ ਹਜ਼ੂਰ। ਕਿੱਥੇ ਹੈ ਉਹ ਗੋਬਿੰਦ ਸਿੰਘ? ਹਜ਼ੂਰ, ਇਸ ਵਕਤ ਉਹ ਆਨੰਦਪੁਰ ਵਿੱਚ ਪੱਕੇ ਕਿਲੇ ਉਸਾਰ ਕੇ ਜੰਗੀ ਤਿਆਰੀਆਂ ਕਰ ਰਿਹਾ ਹੈ ਤੇ ਮੇਰੀ ਖਬਰ ਮੁਤਾਬਿਕ ਇਸ ਵਕਤ ਉਸ ਕੋਲ ਫੌਜ ਵੀ ਬੜੀ ਥੋੜੀ ਹੈ। ਬਿਲਕੁਲ ਸਹੀ ਮੌਕਾ ਹੈ ਨਵਾਬ ਸਾਹਿਬ। ਠੀਕ, ਅਜਮੇਰ ਚੰਦ, ਮੁਗਲ ਫੌਜ ਤੇ ਪਹੁੰਚਣ ਤੱਕ ਸਾਰੇ ਪਹਾੜੀ ਰਾਜਿਆਂ ਦੀ ਫੌਜ ਲੈ ਕੇ ਅਨੰਦਪੁਰ ਨੂੰ ਘੇਰ ਲਿਆ ਜਾਏ। ਉਹ ਗੋਬਿੰਦ ਕਿਸੇ ਵੀ ਸੂਰਤ ਵਿੱਚ ਬਚ ਕੇ ਨਿਕਲਣਾ ਨਹੀਂ ਚਾਹੀਦਾ। ਨਹੀਂ ਨਿਕਲ ਸਕੇਗਾ ਹਜ਼ੂਰ। ਇੱਕ ਗੱਲ ਹੋਰ, ਜੰਗ ਦਾ ਸਾਰਾ ਖਰਚਾ ਪਹਾੜੀ ਰਾਜਿਆਂ ਦੇ ਸਿਰ ਹੋਵੇਗਾ। ਦਲੇਰ ਖਾਂ ਜੀ ਹਜ਼ੂਰ, ਉਸ ਬਾਗੀ ਦਾ ਸਿਰ ਕਲਮ ਕਰਕੇ ਫੌਰਨ ਪੇਸ਼ ਕੀਤਾ ਜਾਏ। ਜੀ ਹਜ਼ੂਰ। ਮੁਗਲ ਫੌਜਾਂ ਨਾਲ ਰਲ ਕੇ ਪਹਾੜੀ ਰਾਜਿਆਂ ਨੇ ਆਨੰਦਗੜ੍ਹ ਦੇ ਕਿਲੇ ਨੂੰ ਘੇਰਾ ਪਾ ਲਿਆ। ਘੇਰਾ ਕਈ ਮਹੀਨਿਆਂ ਤੱਕ ਪਿਆ ਰਿਹਾ, ਪਰ ਭਾਈ ਜੀਵਨ ਸਿੰਘ, ਭਾਈ ਬਚਿੱਤਰ ਸਿੰਘ ਅਤੇ ਭਾਈ ਮਨੋਜ ਸਿੰਘ ਜਿਹੇ ਗੁਰੂ ਦੇ ਬਹਾਦਰ ਸਿੰਘਾਂ ਅੱਗੇ ਵੈਰੀ ਦੀ ਇੱਕ ਨਾ ਚੱਲੀ। ਜਦੋਂ ਕਈ ਮਹੀਨਿਆਂ ਦੇ ਘੇਰੇ ਪਿੱਛੋਂ ਮੁਗਲ ਫੌਜਾਂ ਨੂੰ ਕੋਈ ਸਫਲਤਾ ਪ੍ਰਾਪਤ ਨਾ ਹੋਈ ਤਾਂ ਉਹਨਾਂ ਨੇ ਧੋਖੇ ਅਤੇ ਫਰੇਬ ਦਾ ਰਾਹ ਅਪਣਾਇਆ। ਭਾਵੇਂ ਗੁਰੂ ਜੀ ਨੂੰ ਨਵਾਬ ਵਜ਼ੀਰ ਖਾਨ ਦੀਆਂ ਝੂਠੀਆਂ ਕਸਮਾਂ 'ਤੇ ਜ਼ਰਾ ਵੀ ਯਕੀਨ ਨਹੀਂ ਸੀ, ਫਿਰ ਵੀ ਸਿੰਘਾਂ ਦੇ ਜ਼ੋਰ ਦੇਣ ਅਤੇ ਮਾਤਾ ਗੁਜਰੀ ਜੀ ਦੀ ਪ੍ਰੇਰਣਾ ਸਦਕਾ ਦਸ਼ਮੇਸ਼ ਪਿਤਾ ਆਨੰਦਗੜ੍ਹ ਛੱਡਣ ਲਈ ਤਿਆਰ ਹੋ ਗਏ। ਦਸੰਬਰ 1705 ਦੀ ਕਹਿਰਾ ਭਰੀ ਰਾਤ, ਉੱਤੋਂ ਮੀਂਹ ਦੇ ਫਰਾਟੇ, ਦਸ਼ਮੇਸ਼ ਪਿਤਾ ਸਮੇਤ ਬ੍ਰਿਧ ਮਾਤਾ ਗੁਜਰੀ ਜੀ, ਮਾਤਾ ਸੁੰਦਰੀ ਜੀ, ਚਾਰੇ ਸਾਹਿਬਜ਼ਾਦੇ, ਪੰਜ ਪਿਆਰੇ, 1500 ਘੁੜਸਵਾਰ ਅਤੇ ਸੈਂਕੜੇ ਪੈਦਲ ਸਿੰਘਾਂ ਨੇ ਆਨੰਦਗੜ੍ਹ ਤੋਂ ਕੂਚ ਕੀਤਾ।
बहुत बुरी खबर है। क्या खबर है दलेर खान? हजूर, वो सिर जो सी गुरु दा समझ के खुशियां मना रहे हैं, वो तो गुरु दे किसे सिंह दा है। या अल्लाह, ये किस गुनाह की सजा दे रहे हैं मैनू? हजूर, कड़ी तो बाहर 35 लाशां मिलियां हैं। हजूर, सिर्फ 35? ते कड़ी विचों किन्नियां लाशां मिलियां? सिर्फ 2। हजूर, सिर्फ 2? लानत है, यानी के दो काफरां तो डरते असी सारी रात थर थर कंपते रहे। जनाब, एक एक सिंह अपने आप नु सवा सवा लाख ते बराबर समझता है, पर अद्धी रात नु ता नगारा बजन वक्त बेशुमार सिंघां दे जयकारियां दी आवाज आई सी। शायद गुरु उस वक्त गड़ी तो बाहर जान लगे होंगा। ऐसा मतलब है कि ओ सानु ललकार के गया है। लख लाने तक पुछते लो। जनाब, पहरेदारों तो पता लग गया है कि लोग तो हाटे खेमे को रोटी नहीं दे सकते। सरासर झूठ है। जनाब, उन्हें तो ये भी दस्या है कि 3 ताड़ियां मार के गुरु ने ललकारिया सी, हिंद दा पीर जा रहा है, आओ फड़ो जे किसे विच है हिम्मत। बिल्कुल झूठ। मुझे दस्या पहरेदार जनाब जागते सन अते डरते अंदर जाते। झूठ है, बकवास है, ए किस तरह हो सकता है? जनाब, इस तो भी पारी हैरानी वाली गल हो रहे। कुछ लाशा उते चिट्टियां चादरा पईया होईया सन। कौन पा गया चादरा? हजूर, आ लड़की पकड़ी गई, लाशा नू अग दी नजर कर रही सी। हजूर, लड़की और किस दिया लाशा सन? 2 साहिबजादियां दिया अते 2 गुरु दे प्यारियां दिया। अच्छा अच्छा, ऐस लड़की नू साडे खेमे विच ले चलो। असी खुद ऐसी तफ्तीश करांगे। दुष्टा, हाथ ना लाई मैनू, मैं तेरी रहम दिली ते थुक दिया। ले जाओ इस बदसात नू, उस नाक विच सड़ो जिस विच इसने लाशों फूकिया सन। जालमा, मैनू मौत का कोई डर नहीं, इको गार शेरा दी मौत मरते हैं, तू भी कुत्ते दी मौत मरेगा। बोले सो निहार सत सरी अकाल। बंद करो आवाज। तौबा तौबा, पता नहीं किस मिट्टी दे बड़े हुए ने सिख लोग, हने पे खौफ। चारों तरफ फौजां नूं तोड़ाओ, जिंदा पकड़ना है, जिंदा, वरना मैं तबाह हो जाऊंगा। मैं शहंशाह औरंगजेब नूं की मुंह दिखावांगा। जाओ, गुरु नूं हर हालत विच जिंदा पकड़ो, जिंदा। इस लड़ाई विच दोवें वड्डे साहिबजादे अजीत सिंह अते जुझार सिंह शहीद हो गए। चमकौर दी गड़ी विचों निकल के दशमेश पिता नंगे पैरी माछीवाड़े दे जंगलों में चले गए। चढ़दी कला दे अवतार गुरु जी ने उस ककरी अते कष्टा परी रात समय ए इलाही शब्द उचारिया। माता गुजरी।
ਗੁਰਜੀਤ ਜੀ ਅਤੇ ਦੋਵੇਂ ਛੋਟੇ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਅਤੇ ਫਤਿਹ ਸਿੰਘ ਨੂੰ ਗੰਗੂ ਰਸੋਈਆ ਆਪਣੇ ਪਿੰਡ ਸਹੇੜੀ ਲੈ ਗਿਆ। ਰਾਤ ਨੂੰ ਗੰਗੂ ਨੇ ਮੋਹਰਾਂ ਵਾਲੀ ਖੁਰਜੀ ਚੋਰੀ ਕਰ ਲਈ ਤੇ ਆਪਣੀ ਬੇਈਮਾਨੀ ਤੇ ਪਰਦਾ ਪਾਉਣ ਲਈ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਦਾ ਭੇਦ ਦੱਸਣ ਮੋਰਿੰਡੇ ਦੇ ਫੌਜਦਾਰ ਜਾਨੀ ਖਾਨ ਕੋਲ ਪੁੱਜਿਆ। ਓਏ ਜੀ, ਕਿੱਧਰ ਨੂੰ ਮੂੰਹ ਚੁੱਕਿਆ? ਉਸ ਵੱਲ ਨੂੰ ਮਿਲਣਾ, ਬੜਾ ਜ਼ਰੂਰੀ ਕੰਮ ਹੈ। ਖੜ ਜਾ ਇੱਥੇ, ਕੀ ਕੰਮ ਹੈ? ਉਹ ਮੈਂ ਕੋਤਵਾਲ ਨੂੰ ਹੀ ਦੱਸਾਂਗਾ। ਓਏ ਜਿੰਦਾ ਕਰ ਦੂੰ ਤੈਨੂੰ ਮੈਂ, ਰੁਕ ਇੱਥੇ। ਤੂੰ ਜਾਣ ਦੀ ਹੋ? ਖਬਰਦਾਰ, ਜਾਣ ਦੇ ਮੈਨੂੰ, ਮੈਨੂੰ ਜਾਣ ਦੇ। ਨਹੀਂ ਕੋਤਵਾਲ ਸਾਹਿਬ, ਕੋਤਵਾਲ ਸਾਹਿਬ, ਤੂੰ ਬਾਹਰ ਕੀ ਰੌਲਾ ਪੈ ਰਿਹਾ ਹੈ? ਹਜ਼ੂਰ, ਇੱਕ ਕਾਫਰ ਹੈ, ਤੁਹਾਨੂੰ ਮਿਲਣ ਦੀ ਜ਼ਿੱਦ ਕਰ ਰਿਹਾ ਹੈ। ਕੌਣ ਹੈ? ਹਜ਼ੂਰ, ਮੈਂ ਪੁਰਖ ਘਰ ਦਾ ਰਸੋਈਆ ਗੰਗੂ। ਤੇਰੀ ਇੰਨੀ ਹਿੰਮਤ, ਤੈਨੂੰ ਮੌਤ ਦਾ ਡਰ ਨਹੀਂ? ਮਾਈ ਬਾਪ, ਕਿੱਥੇ ਹੈ ਤੇਰਾ ਗੁਰੂ? ਪਤਾ ਨਹੀਂ ਹਜ਼ੂਰ, ਪਤਾ ਨਹੀਂ। ਪਾਓ ਲੰਮਾ ਇਹਨੂੰ। ਮੇਰੀ ਗੱਲ ਤਾਂ ਸੁਣੋ, ਮੇਰੀ ਗੱਲ ਤਾਂ ਸੁਣ ਲੋ, ਮੈਂ ਤਾਂ ਗੁਰੂ ਦੇ ਪਰਿਵਾਰ ਦੀ ਸੂਹ ਦੇ ਨਾਲ ਸੀ। ਹੈ? ਹਰ ਹੋਏ, ਆ ਬੋਲ। ਗੁਰੂ ਦੇ ਦੋ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਮੇਰੇ ਪਿੰਡ ਸਹੇੜੀ ਮੇਰੇ ਘਰ ਬੈਠੇ ਨੇ। ਤੇਰੇ ਘਰ? ਤੇਰੇ ਘਰ ਕਿੱਦਾਂ ਹੈ? ਸਰਸਾ ਨਦੀ ਤੇ ਸਾਰਾ ਪਰਿਵਾਰ ਵਿਛੜ ਗਿਆ ਤੇ ਮੈਂ ਬੱਚਿਆਂ ਅਤੇ ਮਾਤਾ ਜੀ ਨੂੰ ਆਪਣੇ ਪਿੰਡ ਲੈ ਆਇਆ। ਜੇ ਤੇਰੀ ਖਬਰ ਝੂਠੀ ਨਿਕਲੀ ਤਾਂ ਤੇਰਾ ਕਣ ਬੱਚਾ ਪੀੜ ਦਿੱਤਾ ਜਾਏਗਾ। ਹਜ਼ੂਰੇ, ਜੇ ਖਬਰ ਸੱਚੀ ਨਿਕਲੀ, ਜੇ ਸੱਚਮੁੱਚ ਬੱਚੇ ਸਾਡੇ ਹੱਥ ਲੱਗ ਗਏ ਤਾਂ ਫੇਰ ਤੈਨੂੰ ਮੂੰਹ ਮੰਗਿਆ ਇਨਾਮ ਦਿੱਤਾ ਜਾਏਗਾ। ਸਿਪਾਹੀ ਜੀ ਹਜ਼ੂਰ, ਘੋੜੇ ਤਿਆਰ ਕਰੋ, ਫੌਰਨ ਸਹੇੜੀ ਜਾਣਾ ਹੈ। ਅੰਨਦਾਤਾ, ਇਹ ਕਰਜ਼ ਹੈ। ਬੋਲ, ਕੀ ਕਹਿਣਾ ਚਾਹੁੰਦਾ ਹੈ? ਹਜ਼ੂਰ, ਇਸ ਭੇਦ ਦੀ ਸੂਹ ਕਿਸੇ ਨੂੰ ਨਾ ਲੱਗੇ, ਨਹੀਂ ਤਾਂ ਗੁਰੂ ਦੇ ਸਿੰਘਾਂ ਨੇ ਮੈਨੂੰ ਚੁੰਦਾ ਨਹੀਂ ਛੱਡਣਾ। ਫਿਕਰ ਨਾ ਕਰ, ਤੂੰ ਮੁਗਲ ਹਕੂਮਤ ਦੀ ਮਦਦ ਕੀਤੀ ਹੈ, ਤੇਰੀ ਜਾਨ ਮਾਲ ਦੀ ਪੂਰੀ ਹਿਫਾਜ਼ਤ ਕੀਤੀ ਜਾਵੇਗੀ, ਪਰ ਪਹਿਲਾਂ ਬੱਚੇ ਤਾਂ ਹੱਥ ਲੱਗ ਜਾਣ। ਚੱਲ ਅੱਗੇ ਹੋ। ਜਾਨੀ ਖਾਨ ਵਾਲਿਆਂ ਮੁਰਿੰਦਾ ਨੇ ਤੁਰੰਤ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਸੂਬਾ ਸਰਹੰਦ ਨਵਾਬ ਵਜ਼ੀਰ ਖਾਨ ਦੇ ਸਪੁਰਦ ਕਰ ਦਿੱਤਾ। ਵਜ਼ੀਰ ਖਾਨ ਨੇ ਉਹਨਾਂ ਨੂੰ ਪੌ ਦੀ ਹੱਡ 18ਵੀਂ ਸਰਦਰਾਤ ਨੂੰ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ। ਦਾਦੀ ਭੁੱਖਣ ਪਾਣੀ ਮਾਸੂਮ ਬੱਚਿਆਂ ਨੂੰ ਸਿੱਖ ਧਰਮ ਦ੍ਰਿੜ ਕਰਾਉਣ ਲੱਗੀ। ਫੌਜਾਂ ਦਾ ਪਾਣੀ ਭਰਦਿਆਂ ਜਦੋਂ ਮੋਤੀ ਮਹਿਰੇ ਨੂੰ ਭੁੱਖੇ ਪਾਣੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਬਾਰੇ ਪਤਾ ਲੱਗਾ ਤਾਂ ਉਹ ਘਰ ਵੱਲ ਨੂੰ ਭੱਜਿਆ। ਕਰਮੋ, ਉਹ ਕਰਮੋ, ਕੀ ਹੋਇਆ? ਸੁੱਖ ਤੇ ਹੈ? ਮੇਰੀ ਛੱਡ, ਤੂੰ ਲਿਆ ਜੇ ਕੋਈ ਰੋਟੀ ਟੁੱਕ ਪਿਆ ਤਾਂ। ਰੋਟੀ ਟੁੱਕ? ਭੋਰਾ ਦੁੱਧ ਪਿਆ, ਬੱਚਿਆਂ ਮਜੋਗਾ। ਉਹ ਵੀ ਤਾਂ ਬੱਚੇ ਹੀ ਨੇ। ਬੱਚੇ? ਉਹ ਕਿਹੜੇ? ਛੋਟੇ ਸਾਹਿਬਜ਼ਾਦੇ। ਛੋਟੇ ਸਾਹਿਬਜ਼ਾਦੇ? ਆਹੋ, ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦੇ। ਭੁੱਖਣ ਭਾਣੇ ਠੰਡੇ ਬੁਰਜ ਵਿੱਚ ਦਾਦੀ ਦੇ ਗੱਲ ਨਾਲ ਚੰਬੜੇ ਬੈਠੇ ਨੇ। ਹਾਏ, ਮੈਂ ਮਰ ਜਾ। ਪਰ ਇਹ ਦੱਸ, ਤੈਨੂੰ ਕਿਵੇਂ ਪਤਾ? ਤੂੰ ਘਰੇ ਬੈਠੀ ਰਹਿੰਦੀ ਹੈ, ਇੱਧਰ ਪੂਰੇ ਇਲਾਕੇ 'ਚ ਹਾਹਾਕਾਰ ਮੱਚੀ ਪਈ ਹੈ। ਹੈ ਹੈ, ਇਹਨਾਂ ਮਾਸੂਮਾਂ ਨੇ ਕੀ ਵਿਗਾੜਤਾ ਸੂਬੇ ਦਾ? ਨਿੱਕੇ ਨਿੱਕੇ ਫੁੱਲਾਂ ਵਰਗੇ ਨਿਆਣੇ ਤੇ ਇੱਕ ਬਜ਼ੁਰਗ ਔਰਤ ਇਸ ਕੜਕਦੀ ਠੰਡ ਵਿੱਚ ਠੰਡੇ ਬੁਰਜ ਵਿੱਚ। ਤਾਈਓ ਤਾਂ ਕਹਿਣਾ ਪਿਆ ਕਿ ਲਿਆ ਜਿਹੜਾ ਭੋਰਾ ਦੁੱਧ ਪਿਆ। ਨਾ ਮੱਤ ਮਾਰੀ ਗਈ ਹੈ ਤੇਰੀ? ਨਾ ਹੁਣ ਲਿਆਏਗੀ ਕਿ ਗੱਲਾਂ ਹੀ ਕਰੀ ਜਾਏਗੀ? ਜੇ ਕਿਤੇ ਸੂਬੇ ਨੂੰ ਭਿਣਕ ਵੀ ਲੱਗ ਗਈ ਤਾਂ ਸਾਰੇ ਟੱਬਰ ਨੂੰ ਫਾਹੇ ਲਾ ਦਿਓ। ਲਾੜੇ ਫਾਹੇ ਜੇ ਲਾਉਂਦਾ ਏ, ਮੈਂ ਨਹੀਂ ਡਰਦਾ। ਪਰ ਐਡੇ ਪੈਰੇ ਚੋਂ ਲੰਘੇਗਾ ਕਿੱਦਾਂ? ਉਹ ਤੂੰ ਮੇਰੇ ਤੇ ਛੱਡ, ਬਸ ਛੇਤੀ ਕਰ ਤੇ ਫੜਾ ਦੁੱਧ। ਗੱਲ ਸੁਣ, ਰੁਕ ਜ਼ਰਾ, ਆ ਫੜ। ਹੈ? ਇਹ ਕਾਹਦੇ ਲਈ? ਲੈ ਜਾ ਨਾਲ, ਔਖੇ ਵੇਲੇ ਕੰਮ ਆਉਣਗੇ। ਹੇ ਸੱਚਾ ਪਾਤਸ਼ਾਹ, ਕਾਫੀ ਡਰਾਉਣ ਧਮਕਾਉਣ ਤੋਂ ਬਾਅਦ ਵੀ ਜਦੋਂ ਸ਼ੇਰ ਦਿਲ ਬੱਚਿਆਂ ਨੇ ਈ ਨਾ ਮੰਨੀ ਤਾਂ ਵਜ਼ੀਰ ਖਾਨ ਨੇ ਆਪਣੇ ਖਾਸ ਅਹਿਲਕਾਰਾਂ ਨੂੰ ਸਲਾਹ ਮਸ਼ਵਰੇ ਵਾਸਤੇ ਬੁਲਾਇਆ। ਮੇਰੇ ਆਲਾ ਅਹਿਲਕਾਰ, ਜਿਵੇਂ ਕਿ ਤੁਹਾਨੂੰ ਇਲਮ ਹੀ ਹੈ,
ਕਿ ਅਸੀਂ ਬੱਚਿਆਂ ਨੂੰ ਤਰ੍ਹਾਂ ਤਰ੍ਹਾਂ ਦੇ ਤਸੀਹੇ ਦੇ ਚੁੱਕੇ ਆ, ਪਰ ਪਤਾ ਨਹੀਂ ਉਹ ਕਿਸ ਮਿੱਟੀ ਦੇ ਬਣੇ ਹੋਏ ਨੇ। ਬੇਖੌਫ ਜੈਕਾਰੇ ਬੁਲਾਉਂਦੇ ਨੇ। ਹਜ਼ੂਰ, ਮੇਰੀ ਅਰਜ਼ ਮੰਨੋ, ਫੌਰਨ ਕਤਲ ਦਾ ਹੁਕਮ ਦੇ ਦਿਓ। ਹਾਂ, ਕਾਫੀ ਸੋਚ ਵਿਚਾਰ ਪਿੱਛੋਂ ਅਸੀਂ ਅੱਜ ਫੈਸਲਾ ਕੀਤਾ ਹੈ। ਵਜ਼ੀਰ ਖਾਨ, ਹੁਕਮ ਦੇਣ ਤੋਂ ਪਹਿਲਾਂ ਚੰਗੀ ਤਰ੍ਹਾਂ ਸੋਚ ਲੈ। ਸ਼ੇਰ ਮੁਹੰਮਦ ਵਾਲੀ ਮਲੇਰਕੋਟਲਾ, ਬੋਲ, ਤੂੰ ਕੀ ਕਹਿਣਾ ਚਾਹੁੰਦਾ? ਵਜ਼ੀਰ ਖਾਨ, ਤੂੰ ਇਨਸਾਫ ਦੀ ਕੁਰਸੀ ਤੇ ਬੈਠਾ ਹੈ, ਰੱਬ ਰਸੂਲ ਤੋਂ ਡਰ। ਇਸਲਾਮੀ ਸ਼ਰਾਬ ਬੇਗੁਨਾਹ ਬੱਚਿਆਂ ਨੂੰ ਕਤਲ ਕਰਨ ਦੀ ਇਜਾਜ਼ਤ ਨਹੀਂ। ਸ਼ੇਰ ਮੁਹੰਮਦ, ਇਹ ਤੂੰ ਕੀ ਕਹਿ ਰਿਹਾ? ਇਹ ਤੇਰੇ ਭਰਾ ਦੇ ਕਾਤਲ ਦੇ ਬੱਚੇ ਨੇ, ਤੂੰ ਇਹਨਾਂ ਤੋਂ ਬਦਲਾ ਲੈ। ਉਹ ਬਦਲਾ ਤਾਂ ਮੈਂ ਮਰਦਾਂ ਵਾਂਗ ਮੈਦਾਨੇ ਜੰਗ ਵਿੱਚ ਲਵਾਂਗਾ। ਬੇਗੁਨਾਹ ਬੱਚਿਆਂ ਨੂੰ ਕਤਲ ਕਰਨਾ ਦੀਨ ਇਸਲਾਮ ਦੀ ਤੌਹੀਨ ਹੈ। ਜਾ ਬਣਾ, ਇਸ ਦੀ ਕੋਈ ਗਲਤ ਰਾਇ ਨਾ ਸੁਣੋ, ਜਲਦੀ ਹੁਕਮ ਸੁਣਾਓ। ਵਜ਼ੀਰ ਖਾਨ, ਵਕਤ ਬਹੁਤ ਬੇਲਿਹਾਜ਼ ਹੈ, ਕਤਲ ਦਾ ਹੁਕਮ ਦੇਣ ਤੋਂ ਪਹਿਲਾਂ ਚੰਗੀ ਤਰ੍ਹਾਂ ਸੋਚ। ਇਤਿਹਾਸ ਤੇਰੇ ਕੋਲੋਂ ਇਸ ਗੁਨਾਹ ਦਾ ਜਵਾਬ ਮੰਗੇਗਾ। ਵਜ਼ੀਰ ਖਾਨ, ਇਹਨਾਂ ਨੇ ਦੀਨ ਇਸਲਾਮ ਕਬੂਲੋਂ ਤੋਂ ਇਨਕਾਰ ਕੀਤਾ ਹੈ, ਕਤਲ ਦਾ ਹੁਕਮ ਸੁਣਾ ਦੇ। ਪਹਿਲਾਂ ਸ਼ੇਰ ਮੁਹੰਮਦ ਨੂੰ ਬੋਲਣ ਦਿੱਤਾ ਜਾਏ। ਵਜ਼ੀਰ ਖਾਨ, ਇਹ ਤੰਗ ਦਿਲ ਲੋਕ ਤੈਨੂੰ ਗਲਤ ਰਾਏ ਦੇ ਰਹੇ ਨੇ, ਵਕਤ ਨੂੰ ਪਹਿਚਾਨ, ਅੰਤ ਸਮੇਂ ਇਹ ਤੇਰੇ ਮਦਦਗਾਰ ਨਹੀਂ ਹੋਣਗੇ। ਵਜ਼ੀਰ ਖਾਨ, ਹੁਕਮ ਸੁਣਾ, ਕੁਫਰ ਦੀ ਆਵਾਜ਼ ਹਮੇਸ਼ਾ ਹਮੇਸ਼ਾ ਲਈ ਬੰਦ ਕਰ ਦੇ। ਵਜ਼ੀਰ ਖਾਨ, ਅਜੇ ਵੀ ਵਕਤ ਹੈ, ਮਾਸੂਮਾਂ ਦੀ ਆਗ ਤੋਂ ਬਚ। ਯਾਦ ਰੱਖ, ਓਏ ਬੱਕਰੇ ਦੀ ਖੱਲ ਲੋਹਾ ਵੀ ਭਸਮ ਕਰ ਦਿੰਦੀ ਹੈ। ਵਜ਼ੀਰ ਖਾਨ, ਦੀਨ ਦੇ ਦੁਸ਼ਮਣ ਤੇ ਰਹਿਮ ਨਾ ਕਰ, ਫੌਰਨ ਕਤਲ ਦਾ ਹੁਕਮ ਸੁਣਾ। ਵਜ਼ੀਰ ਖਾਨ, ਅਜੇ ਵੀ ਵਕਤ ਹੈ, ਸੱਚ ਦੀ ਆਵਾਜ਼ ਨੂੰ ਪਹਿਚਾਨ। ਵਜ਼ੀਰ ਖਾਨ, ਇਨਾ ਕਾਫਰਾਂ ਦੇ ਹਮਦਰਦਾਂ ਵੱਲ ਬਿਲਕੁਲ ਧਿਆਨ ਨਾ ਦੇ, ਕਤਲ ਦਾ ਹੁਕਮ ਸੁਣਾਓ, ਜਲਦੀ ਸੁਣਾਓ। ਮੈਂ ਬੱਚਿਆਂ ਦੇ ਕਤਲ ਦਾ ਹੁਕਮ ਦਿੰਦਾ ਹਾਂ, ਬੱਚਿਆਂ ਨੂੰ ਕਤਲ ਕਰ ਦਿੱਤਾ ਜਾ।